विश्व वार्ता देख रहे हो तुसी, बहुत बहुत स्वागत है सारे ही दर्शकों का। बीजेपी की किसी वेले सियासी भाईवाल रही श्रोमणी अकाली दल वालों हुण बीजेपी अते उसके भाईवाल आर एस एस के उपर तिखे सियासी हमले किए जा रहे हैं। हाल ही दे विच बीजेपी के आगू आर पी सिंह वालों एक विवादित बयान श्रोमणी गुरद्वारा प्रबंधक कमेटी बारे दिता गया सी। इस बयान नू लैके बीजेपी दे उत्ते श्रोमणी अकाली दल के आगू डॉक्टर दलजीत सिंह चीमा ने तिखा सियासी वार किया। उन्होंने कहा कि बीजेपी और आर एस एस लगातार सिखां दीआं श्रोमणी संस्थावां दे उत्ते जिहड़े विवादित बयान दे रहे हैं, लगातार उन्हां ते कब्जा करन दी कोशिश की जा रही है ते घुसपैठ दीआं कोशिशां कीतीआं जा रही ने। इसे नूं लै के श्रोमणी अकाली दल के लीगल विंग के आगू अर्शदीप सिंह कलेर का बयान भी सामने आया, वह बयान भी सुना देने। सब तो पहला डॉक्टर दलजीत सिंह चीमा की गल सुन लैने। भारतीय जनता पार्टी के कौमी बुलावे आर पी सिंह का एक बहुत ही घटिया नफरत भरिया ते सिखां दी महान संस्था श्रोमणी गुरद्वारा प्रबंधक कमेटी नूं बहुत नीवा दिखाउण वाला ते सिखां दीआं भावनावां नूं सट मारन वाला स्टेटमेंट जिहड़ी है वो टीवी ते आई है। और जिहड़ी इन्नियां कुरबानियां दे के सिखां दी सरमौर संस्था एस जी पी सी होण दे विच आई सी ਉਹਨੂੰ ਸ਼੍ਰੋਮਣੀ ਕ੍ਰਿਸ਼ਚਨ ਕਮੇਟੀ ਕਹਿਣਾ, ਇਹ ਮੈਂ ਸਮਝਦਾ ਕਿ ਸਾਰੀ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਅਪਮਾਨ, ਉਹਨਾਂ ਦੀਆਂ ਭਾਵਨਾਵਾਂ ਹਟ। ਔਰ ਇਹ ਗਰੀਬੀ ਸਾਜਿਸ਼ ਹੈ ਜਿਹਦੀ ਅਸੀਂ ਕਈ ਦਿਨਾਂ ਤੋਂ ਕਹਿ ਰਹੇ ਹਾਂ ਕਿ ਆਰ ਐਸ ਐਸ ਦੀ ਵੀ ਬੀਜੇਪੀ ਦੀ ਵੀ ਕਿ ਜਾਣ ਬੁੱਝ ਕੇ ਇਹੋ ਜਿਹੇ ਨਫ਼ਰਤ ਭਰੇ ਬਿਆਨ ਜਿਹੜੇ ਆ ਉਹ ਟੈਲੀਵਿਜ਼ਨਾਂ 'ਤੇ ਆ ਕੇ ਇਹਨਾਂ ਦੇ ਕੌਮੀ ਬੁਲਾਰੇ ਦਿੰਦੇ ਆ ਜਿਹਦਾ ਕੋਈ ਸਿਰ ਪੈਰ ਨਹੀਂ। ਇਸ ਕਰਕੇ ਮੈਂ ਬੀਜੇਪੀ ਦੇ ਪ੍ਰਧਾਨ ਸਾਹਿਬ ਨੂੰ ਵੀ ਕਹਿੰਦਾ ਇਸ ਜਿਹੜਾ ਵੱਡਾ ਗੁਨਾਹ ਆਰਪੀ ਸਿੰਘ ਨੇ ਕੀਤਾ ਇਹਦੇ ਵਾਸਤੇ ਉਹਨਾਂ ਨੂੰ ਵੀ ਮਾਫ਼ੀ ਮੰਗਣੀ ਚਾਹੀਦੀ ਔਰ ਇਹਦੇ 'ਤੇ ਕ੍ਰਿਮੀਨਲ ਕੇਸ ਦਰਜ ਕਰਕੇ ਇਹੋ ਜਿਹੇ ਲੋਕ ਜਿਹੜੇ ਸਮਾਜ ਦੇ ਵਿੱਚ ਨਫ਼ਰਤ ਫੈਲਾਉਂਦੇ ਆ ਇਹਨਾਂ ਦੀ ਤੁਰੰਤ ਗ੍ਰਿਫਤਾਰੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਦੀ ਸ਼ਾਨ, ਸਾਡੇ ਵਡੇਰਿਆਂ ਦੀ ਸੰਘਰਸ਼ ਸ਼ਹੀਦੀਆਂ ਤੋਂ ਬਾਅਦ ਹੋਂਦ ਦੇ ਵਿੱਚ ਲਿਆਂਦੀ ਹੋਈ ਸੰਸਥਾ, ਸਿੱਖਾਂ ਦੀ ਪਾਰਲੀਮੈਂਟ ਤੇ ਬੀਜੇਪੀ ਆਰ ਐਸ ਐਸ ਦੀ ਮਾਨਸਿਕਤਾ ਦੇਖੋ। ਇਨ੍ਹਾਂ ਦਾ ਨੈਸ਼ਨਲ ਪ੍ਰਵਕਤਾ ਆਰ ਪੀ ਸਿੰਘ ਕਹਿੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਜਲਦ ਸ਼੍ਰੋਮਣੀ ਕ੍ਰਿਸ਼ਚਨ ਬੋਰਡ ਬਣਾ ਦੇਵਾਂਗੇ। ਉਹੀ ਘਟੀਆ ਮਾਨਸਿਕਤਾ, ਉਹੀ ਸਾਜ਼ਿਸ਼ਾਂ, ਉਹੀ ਏਜੰਸੀਆਂ ਜਿਨ੍ਹਾਂ ਨੇ ਪਹਿਲਾਂ ਨਾਂਦੇੜ ਸਾਹਿਬ ਦੇ ਉੱਤੇ ਕਬਜ਼ਾ ਕੀਤਾ, ਪਟਨਾ ਸਾਹਿਬ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ, ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਹੁਣ ਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ 28 ਤਰੀਕ ਨੂੰ ਹੋਣ ਵਾਲੀ ਚੋਣ ਤੇ, ਕਿਉਂਕਿ ਇਸ ਬੀਜੇਪੀ ਆਰ ਐਸ ਐਸ ਏਜੰਸੀਆਂ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਬੀਬੀ ਜਾਗੀਰ ਕੌਰ ਚੋਣ ਲੜ ਰਹੇ ਨੇ, ਜਿਨ੍ਹਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਪ੍ਰਭਾਵ ਪਾਇਆ ਜਾ ਰਿਹਾ, ਪ੍ਰਲੋਭਨ ਦਿੱਤੇ ਜਾ ਰਹੇ ਨੇ। ਪਰ ਮੈਂ ਸ਼ਲਾਘਾ ਕਰਦਾ ਹਾਂ ਮੈਂਬਰ ਸਹਿਬਾਨਾਂ ਦੀ ਜਿਹੜੇ ਕੌਮ ਦੇ ਨਾਲ ਖੜੇ ਨੇ, ਜਿਹੜੇ ਪਾਰਟੀ ਦੇ ਨਾਲ ਚਟਾਨ ਵਾਂਗੂ ਖੜੇ ਨੇ, ਪਰ ਸਾਜ਼ਿਸ਼ਾਂ ਵੀਰੋ ਦੇਖੋ ਕਿੰਨੀਆਂ ਡੂੰਘੀਆਂ ਹੋ ਰਹੀਆਂ ਨੇ। ਔਰ ਸਵਾਲ ਅੱਜ ਸੁਧਾਰ ਲਹਿਰ ਤੇ ਵੀ ਹੈ, ਕਿਉਂਕਿ ਇਹੀ ਉਹ ਦਸਤਾ ਬਣਿਆ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਾਉਣ ਦੇ ਵਿੱਚ ਲੱਗੇ ਨੇ। ਇਹੀ ਉਹ ਲੋਕ ਨੇ ਜਿਹੜੇ ਜਾ ਕੇ ਜੰਮੂ ਕਸ਼ਮੀਰ ਦੇ ਵਿੱਚ ਬੀਜੇਪੀ ਲਈ ਪ੍ਰਚਾਰ ਕਰਦੇ ਨੇ। ਇਹੀ ਲੀਡਰ ਨੇ, ਇਹਨਾਂ ਦੇ ਪਰਿਵਾਰ ਨੇ ਜਿਹੜੇ ਅੱਜ ਵੀ ਜਿਹੜੀਆਂ ਬਾਈ ਇਲੈਕਸ਼ਨਾਂ ਹੋ ਰਹੀਆਂ ਉਹਨਾਂ 'ਚ ਬੀਜੇਪੀ ਦੇ ਕੈਂਡੀਡੇਟਾਂ ਦੇ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ, ਫੋਟੋਆਂ ਸਾਰਿਆਂ ਦੇ ਸਾਹਮਣੇ ਨੇ। ਇਹ ਵੱਡੀਆਂ ਸਾਜ਼ਿਸ਼ਾਂ ਦੇ ਖਿਲਾਫ ਅੱਜ ਲੜਨਾ ਪੈਣਾ, ਇਹ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਣਾ ਪੈਣਾ ਕਿ ਕੌਮ ਦੀਆਂ ਸੰਸਥਾਵਾਂ ਨੇ, ਕੌਮ ਦੀਆਂ ਸੰਸਥਾਵਾਂ ਤੇ ਇਹ ਬੀਜੇਪੀ ਆਰ ਐਸ ਐਸ ਦੇ ਕਬਜ਼ੇ ਐਡੇ ਸੌਖੇ ਨਹੀਂ ਹੋ ਜਾਣੇ। ਭਾਵੇਂ ਸਾਡੇ ਆਪਣੇ ਵੀ ਵਿੱਚ ਗੱਦਾਰੀ ਕਰਨ ਨੂੰ ਤਿਆਰ ਬੈਠੇ ਨੇ, ਪਰ ਕੌਮ ਜਾਗਦੀ ਹੈ ਤੇ ਮੂੰਹ ਤੋੜ ਜਵਾਬ ਦਿੱਤਾ ਜਾਊਗਾ। ਤੇ ਮੈਂ ਅੱਜ ਪੰਜਾਬ ਦੇ ਡੀ ਜੀ ਪੀ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਰ ਪੀ ਸਿੰਘ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਜਾਵੇ, ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ, ਤੇ ਤੁਰੰਤ ਪ੍ਰਭਾਵ ਨਾਲ ਗ੍ਰਿਫਤਾਰੀ ਕੀਤੀ ਜਾਵੇ ਤੇ ਬੀਜੇਪੀ ਤੇ ਸੁਧਾਰ ਲਹਿਰ ਆਪਣਾ ਸਪਸ਼ਟੀਕਰਨ ਦੇਣ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹੜੀ ਸਾਜ਼ਿਸ਼ ਤਹਿਤ ਇਹ ਸ਼੍ਰੋਮਣੀ ਕ੍ਰਿਸ਼ਚਨ ਬੋਰਡ ਬਣਾਉਣਾ ਹੈ। ਇਹ ਅੱਜ ਕੌਮ ਪੁੱਛਦੀ ਹੈ, ਜਵਾਬ ਮੰਗਦੀ ਹੈ। ਕੌਮ ਦੀਆਂ ਸੰਸਥਾਵਾਂ ਤੇ ਇਸ ਕਿਸਮ ਦੇ ਹਮਲੇ ਕਤਈ ਬਰਦਾਸ਼ਤ ਨਹੀਂ।